ਸੁਣਿਆ ਸੀ ਵੀ ਇਹ ਕਲਾਕਾਰ ਜਾਂਦੇ ਆ ਕਿਹੜੀ ਸੋਨਮ ਹਨਾ ਕਿਹੜੀ ਉਹਦੇ ਪ੍ਰੋਗਰਾਮ 'ਚ ਮੈਨੂੰ ਨਹੀਂ ਸੀ ਪਤਾ ਉਹ ਜੀਟੀਵੀ ਤੇ ਆਉਂਦਾ ਤੇ ਕੱਲ ਇੱਕ ਹੋਰ ਫਿਲਮ ਦਾ ਟ੍ਰੇਲਰ ਮੇਰੇ ਸਾਹਮਣੇ ਆ ਗਿਆ ਸਾਰਾ ਦਾ ਬੀਐਸਐਮ ਯੂ ਵਾਚਿੰਗ ਰੋਇਲ ਬੰਦਾ ਰੋਇਲ ਬੰਦਾ ਵੇਖ ਰਿਹਾ ਸਰ ਦਸ਼ੀ ਵੀਰਾਂ ਸਤਿ ਸ੍ਰੀ ਅਕਾਲ ਹੈ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇ ਕਿ ਜੀ ਮੀਡੀਆ ਦਾ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਕਿਸਾਨਾਂ ਨੂੰ ਅੱਤਵਾਦੀ ਤੇ ਹੋਰ ਬਹੁਤ ਕੁਝ ਕਹਿ ਕੇ ਕਿਸਾਨਾਂ ਦੇ ਫਾਰਮ ਪ੍ਰੋਟੈਸਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਮੋਦੀ ਦਾ ਇੱਕ ਦਲਾਲ ਚੈਨਲ ਵੀ ਹੈ ਤੇ ਉਸੇ ਚੈਨਲ ਤੇ ਹੁਣ ਸੋਨਮ ਬਾਜਵਾ ਐਜ਼ ਅ ਐਂਕਰ ਕੰਮ ਕਰ ਰਹੇ ਜਿਸ ਚੈਨਲ ਦੇ ਸਾਰੇ ਸਿੰਗਰ ਜਾ ਜਾ ਕੇ ਇੰਟਰਵਿਊ ਦੇ ਕੇ ਆ ਰਹੇ ਨੇ ਦਿਲ ਦੀਆਂ ਗੱਲਾਂ ਸ਼ੋਅ ਦੇ ਨਾਮ ਤੇ ਤੇ ਉਸੇ ਚੈਨਲ ਤੋਂ ਹੁਣ ਇੱਕ ਜੀ ਪੰਜਾਬੀ ਚੈਨਲ ਦੇ ਨਾਂ ਤੇ ਪ੍ਰੋਡਿਊਸ ਕੀਤੀ ਗਈ ਫਿਲਮ ਪੁਆੜਾ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਹੈ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਵਿਵਾਦ ਛਿੜ ਚੁੱਕਾ ਹੈ ਲੋਕ ਕਾਫੀ ਭੜਕ ਚੁੱਕੇ ਨੇ ਕਿ ਇਹ ਉਹੀ ਚੈਨਲਾਂ ਤੇ ਜਾ ਜਾ ਕੇ ਕੰਮ ਕਰ ਰਹੇ ਨੇ ਜਿਨ੍ਹਾਂ ਚੈਨਲ ਨੇ ਸਾਨੂੰ ਅੱਤਵਾਦੀ ਤੇ ਖਾਲਿਸਤਾਨੀ ਕਿਹਾ ਹੈ ਇੱਥੇ ਅੰਮ੍ਰਿਤ ਮਾਂ ਦੇ ਪ੍ਰੀਤ ਹਰਪਾਲ ਵੀ ਲਪੇਟੇ ਵਿੱਚ ਆ ਚੁੱਕੇ ਨੇ ਜੋ ਕਿ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੋ ਕਹਿ ਰਹੇ ਨੇ ਕਿ ਸਾਡਾ ਗਾਣਾ ਜੀਓ ਸਾਵਨ ਤੇ ਸੁਣੋ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਪੇਜਾਂ ਤੇ ਇਹ ਵੀਡੀਓ ਵਾਇਰਲ ਹੋਣ ਕਰਕੇ ਅੰਮ੍ਰਿਤ ਮਾਨ ਨੇ ਤਾਂ ਆਪਣੇ ਸਾਰੇ ਕੰਟੈਂਟ ਜੀਓ ਸਾਵਨ ਤੋਂ ਜਾਂ ਹੋਰ ਕਿਤੇ ਜੀਓ ਦੇ ਪਲੈਟਫਾਰਮਾਂ ਤੋਂ ਰਿਮੂਵ ਕਰਨ ਲਈ ਆਪਣੇ ਇੰਸਟਾਗ੍ਰਾਮ ਮੈਨੇਜਰ ਨੂੰ ਕਹਿ ਦਿੱਤਾ ਕਿ ਉਹਨਾਂ ਦੇ ਸਾਰੇ ਕੰਟੈਂਟ ਜੀਓ ਸਾਵਨ ਤੋਂ ਹਟਾਏ ਜਾਣ ਜਾਣੇ ਕਿ ਜੀਓ ਸੌਂਗ ਤੋਂ ਸਾਰੇ ਹਟਾਏ ਜਾਣ ਅੰਮ੍ਰਿਤ ਮਾਨ ਦੇ ਇਹ ਕਦਮ ਤਾਂ ਸ਼ਲਾਘਾਯੋਗ ਹੈ ਪਰ ਹਾਲੇ ਤੱਕ ਐਮੀ ਵਿਰਕ ਤੇ ਸੋਨਮ ਬਾਜਵਾ ਵੱਲੋਂ ਕੋਈ ਅਪਡੇਟ ਨਹੀਂ ਆਇਆ ਕਿ ਉਹ ਇਹ ਮੂਵੀ ਨੂੰ ਹੁਣ ਕੈਂਸਲ ਕਰਨਗੇ ਜਾਂ ਹੁਣ ਇਹ ਮੂਵੀ ਰਿਲੀਜ਼ ਹੋਵੇਗੀ ਜਾਂ ਨਹੀਂ ਕਿਉਂਕਿ ਪੰਜਾਬ ਵਿੱਚ ਇਸ ਮੂਵੀ ਦਾ ਤਾਂ ਬਾਇਓਕਾਟ ਕੀਤਾ ਜਾ ਰਿਹਾ ਹੈ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਛਾਈ ਲਾਈਕ ਕਰ ਲਓ ਚੈਨਲ ਸਪੋਰਟ ਕਰਨ ਚੈਨਲ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜ਼ਰੂਰ ਦੱਸ ਕੇ ਆਪਣੇ ਕਲਾਕਾਰ ਭਰਾ ਜਾ ਉੱਥੇ ਬੈਠ ਰਹੇ ਆ ਤੇ ਜਿਹੜਾ ਜੀਟੀਵੀ ਸਾਨੂੰ ਭੇ ਭੇ ਕੇ ਛਿੱਤਰ ਮਾਰਦਾ ਸਾਡੇ ਵਿਰੁੱਧ ਬੋਲਦਾ ਆ ਉਸੇ ਜੀਟੀਵੀ ਦੇ ਪ੍ਰੋਗਰਾਮ 'ਚ ਸਾਰੇ ਕਲਾਕਾਰ ਭਰਾ ਜਾ ਕੇ ਬੈਠੇ ਆ ਹੱਸ ਹੱਸ ਗੱਲਾਂ ਕਰਦੇ ਆ ਇਹ ਤਾਂ ਫਿਰ ਭਾਈ ਦੋਗਲਾਪਨ ਹੀ ਹੋ ਗਿਆ ਇੱਕ ਪਾਸੇ ਤੁਸੀਂ ਕਿਸਾਨੀ ਦੇ ਗਾਣੇ ਗਾਈ ਜਾਂਦੇ ਦੂਜੇ ਪਾਸੇ ਜੀਟੀਵੀ ਵਾਲਿਆਂ ਦੇ ਸਟੂਡੀਓ 'ਚ ਬਹਿ ਕੇ ਆਪਣੇ ਤੁਸੀਂ ਦਿਲ ਦੀਆਂ ਗੱਲਾਂ ਕਰੀ ਜਾਂਦੇ ਆ ਫਿਰ ਤਾਂ ਦੋਗਲਾਪਨ ਹੀ ਹੋ ਗਿਆ ਫਿਰ ਜਾਂ ਤਾਂ ਕਿਸਾਨੀ ਦੇ ਗਾਣੇ ਨਾ ਗਾਓ ਜਾਂ ਤਾਂ ਜੀਟੀਵੀ ਵਾਲਿਆਂ ਦੇ ਪ੍ਰੋਗਰਾਮ 'ਚ ਨਾ ਇੱਕ ਪਾਸਾ ਕਰ ਲਓ ਤੇ ਇਕੱਲੀ ਮੇਰੇ ਮੂਹਰੇ ਇੱਕ ਹੋਰ ਮਤਲਬ ਸੌਂਹ ਲੱਗੇ ਬਾਈ ਜੀ ਮੈਂ ਸੁਣਿਆ ਸੀ ਵੀ ਇਹ ਕਲਾਕਾਰ ਜਾਂਦੇ ਆ ਉਹ ਕਿਹੜੀ ਸੋਨਮ ਹਨਾ ਕਿਹੜੀ ਉਹਦੇ ਪ੍ਰੋਗਰਾਮ 'ਚ ਮੈਨੂੰ ਨਹੀਂ ਸੀ ਪਤਾ ਉਹ ਜੀਟੀਵੀ ਤੇ ਆਉਂਦਾ ਤੇ ਕੱਲ੍ਹ ਇੱਕ ਹੋਰ ਫਿਲਮ ਦਾ ਟ੍ਰੇਲਰ ਮੇਰੇ ਸਾਹਮਣੇ ਆ ਗਿਆ ਇੱਕ ਭਰਾ ਦੀ ਫਿਲਮ ਹੋਣ ਲੱਗੀ ਉਹ ਵੀ ਜੀ ਵਾਲਿਆਂ ਨੂੰ ਹੋਣ ਲੱਗੀ ਆ ਦੇਖੀ ਚਲੋ ਜੀਟੀਵੀ ਕਰੀ ਚਲੋ ਉਹਨਾਂ ਨੂੰ ਪ੍ਰੋਫਿਟ ਤੁਹਾਡੇ ਸਿਰੋਂ ਪੈਸੇ ਕਮਾ ਕੇ ਤੁਹਾਡੇ ਸਿਰ ਤੇ ਛਿੱਤਰ ਮਾਰਦੇ ਆ ਤੇ ਖਾਈ ਚਲੋ ਕਿਸੇ ਦਾ ਕੀ ਜਾਂਦਾ ਖਾਈ ਚਲੋ ਛਿੱਤਰ ਇਹੀ ਸਾਡੀ ਕਿਸਮਤ 'ਚ ਲਿਖਿਆ ਸਾਂਭ ਕੇ ਰੱਖ ਲਿਓ ਵੀਡੀਓ ਦੀਵਾਲੀਆਂ ਦੁਸਹਿਰੇ ਇੱਥੇ ਦਿੱਲੀ 'ਚ ਲੰਘਣੇ ਆ ਜਿਹੜੇ ਤੁਹਾਡੇ ਹਾਲਾਤ ਆ ਕੋਲੋਂ ਨਹੀਂ ਮੈਂ ਗੱਲਾਂ ਬਣਾਉਂਦਾ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਵੀ ਜਦੋਂ ਆ ਦਿੱਲੀ ਵਾਲਾ ਸ਼ੁਰੂ ਨਹੀਂ ਸੀ ਉਹ ਕਿਸਾਨੀ ਮੋਰਚਾ ਦਸੰਬਰ 2019 'ਚ ਕਿਹਾ ਸੀ ਵੀ ਛਿੱਤਰ ਪੈਣੇ ਆ ਸੰਭਲ ਜਾਓ ਹੁਣ ਵੀ ਕਹਿੰਦਾ ਆ ਸੰਭਲ ਜਾਓ